ਤੁਹਾਡਾ ਨਾਮ ਕੀ ਹੈ ਤੇ ਦੱਸੋ ਜੀ ਜੋ ਤੁਹਾਡਾ ਪ੍ਰੋਗਰਾਮ ਹੈ ਜੀ। ਹਾਂਜੀ, ਮੇਰਾ ਨਾਮ ਜਸਪਾਲ ਸਿੰਘ ਗੱਡੂ ਰੂਪਨਗਰ ਤੋਂ। ਸਾਹਿਬ ਕਾਂਸ਼ੀ ਰਾਮ ਜੀ ਜੋ ਕਿ ਬਹੁਜਨ ਸਮਾਜ ਪਾਰਟੀ ਡੀਐਸ ਫੋਰਸ ਤੇ ਬਾਬ ਸੇਫ ਦੇ ਸੰਸਥਾਪਕ ਨੇ, ਉਹਨਾਂ ਦਾ ਜਨਮ ਦਿਹਾੜਾ ਆ ਰਿਹਾ 15 ਮਾਰਚ ਨੂੰ। 15 ਮਾਰਚ ਨੂੰ ਬਹੁਜਨ ਸਮਾਜ ਦੇ ਵੱਲੋਂ ਪੂਰੇ ਰੋਪੜ ਜ਼ਿਲ੍ਹਾ ਔਰ ਨਾਲ ਦੇ ਇਲਾਕਿਆਂ ਦੇ ਵੱਲੋਂ ਜਿਹੜੇ ਸਾਥੀਆਂ ਨੇ 1987 ਦੇ ਮੋਰਚੇ ਦੌਰਾਨ ਜੇਲ੍ਹ ਕੱਟੀ, ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਅਤੇ 15 ਮਾਰਚ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਹਾੜਾ ਮਨਾਉਣ ਦੇ ਲਈ ਹਵੇਲੀ ਕਲਾਂ ਵਿੱਚ ਵੱਡਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੇ ਵਿੱਚ ਸਾਰੇ ਪਾਸੇ ਤੋਂ ਕੋਨੇ ਕੋਨੇ ਤੋਂ ਇਸ ਪ੍ਰੋਗਰਾਮ ਦੇ ਵਿੱਚ ਸਾਥੀ ਜਿਹੜੇ ਸ਼ਮੂਲੀਅਤ ਕਰਨਗੇ। ਇਸ ਮੌਕੇ ਤੇ ਜਿਨ੍ਹਾਂ ਸਾਥੀਆਂ ਨੇ ਜੇਲ੍ਹ ਕੱਟੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਬਾਬਾ ਆਪਣਾ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਜਾਵੇ। ਇਸ ਦੇ ਨਾਲ ਹੀ ਹਵੇਲੀ ਕਲਾਂ ਦੇ ਹੀ ਜੰਪਲ ਮਾਸਟਰ ਜਗਦੀਸ਼ ਸਿੰਘ ਹਵੇਲੀ ਜੀ, ਜਿਨ੍ਹਾਂ ਨੇ 1987 ਦੇ ਰੋਪੜ ਮੋਰਚੇ ਤੇ ਬਹੁਤ ਹੀ ਮਿਹਨਤ ਕਰਕੇ ਕਿਤਾਬ ਲਿਖੀ ਹੈ ਬਹੁਜਨ ਸਮਾਜ ਪਾਰਟੀ ਵੱਲੋਂ, ਜੋ ਕਿਤਾਬ ਸਾਹਿਬ ਮਾਸਟਰ ਜਗਦੀਸ਼ ਸਿੰਘ ਹਵੇਲੀ ਜੀ ਨੇ ਲਿਖੀ ਹੈ, ਉਸ ਦੀ ਘੁੰਡ ਚਕਾਈ ਦੀ ਰਸਮ ਕੀਤੀ ਜਾਏਗੀ। ਇਸ ਮੌਕੇ ਤੇ ਇਹ ਵੱਡਾ ਪ੍ਰੋਗਰਾਮ ਲਿਖਿਆ ਗਿਆ। ਮੈਂ ਆਪਣੇ ਵੱਲੋਂ ਔਰ ਸਾਡੇ ਸਾਰੇ ਸਾਥੀਆਂ ਵੱਲੋਂ ਬੇਨਤੀ ਕਰਦਾ, ਮੇਰੇ ਨਾਲ ਮਾਸਟਰ ਜਗਦੀਸ਼ ਸਿੰਘ ਹਵੇਲੀ ਜੀ ਖੜੇ ਹੈ ਜਿਨ੍ਹਾਂ ਨੇ ਕਿ ਕਿਤਾਬ ਲਿਖੀ ਹੈ, ਔਰ ਇਹਨਾਂ ਦੀ ਦੇਖ ਰੇਖ ਵਿੱਚ ਇਹ ਪ੍ਰੋਗਰਾਮ ਹੋ ਰਿਹਾ। ਅਤੇ ਪਰਲੇ ਪਾਸੇ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਜੀ ਮੇਰੇ ਸਾਥੀ ਖੜੇ ਨੇ, ਇੱਧਰ ਮੇਰੇ ਨਾਲ ਗੁਰਪ੍ਰੀਤ ਸਿੰਘ ਭੁਰੜੇ ਜੀ ਨੇ, ਅਸੀਂ ਸਾਰੇ ਸਭ ਤੋਂ ਇਲਾਵਾ ਸਾਡੇ ਸਾਥੀ ਨਿਰਮਲ ਸਿੰਘ ਸੁਮਨ ਜੀ, ਗੁਰਦਰਸ਼ਨ ਢੋਲਣ ਮਾਜਰਾ ਜੀ ਅਤੇ ਸਾਡੇ ਹੋਰ ਬਹੁਤ ਵੱਡੀ ਟੀਮ ਜਿਹੜੀ ਕਿ ਇਸ ਪ੍ਰੋਗਰਾਮ ਦਾ ਪ੍ਰਬੰਧ ਕਰ ਰਹੀ ਹੈ। ਅਸੀਂ ਸਾਰੇ ਸਾਥੀਆਂ ਨੂੰ ਸੱਦਾ ਦਿੰਦੇ ਹਾਂ ਕਿ ਇਸ ਮੌਕੇ 'ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ।